ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਿਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਪੰਜਾਬ ਦੇ ਵਿੱਚ ਆਂਗਣਵਾੜੀ ਦੀਆਂ ਵੈਕੈਂਸੀਸ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਵਾਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਟਾਈਮ ਸਰ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿੱਦੇ ਵੀ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਤੇ ਜਾਣਾ ਤੇ ਟਾਈਪ ਕਰਨਾ ਹੈ meetacademy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਜੀ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਅਪਲਾਈ ਕਰਨ ਦੇ ਲਈ ਇਹ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਜੀ ਦੇਖ ਪਾ ਰਹੇ ਹੋ ਜਿਹੜਾ ਕਿ ਤੁਸੀਂ ਪ੍ਰਿੰਟ ਆਊਟ ਕਰ ਲੈਣਾ ਹੋਏਗਾ ਔਰ ਇਹ ਚ ਪਲੈਨ ਪ੍ਰਿੰਟ ਆਊਟ ਲੈਣਾ ਜੀ ਤੁਸੀਂ ਠੀਕ ਹੈ ਜੀ ਕਲੀਅਰ ਪ੍ਰਿੰਟ ਆਊਟ ਹੋਣਾ ਚਾਹੀਦਾ ਹੈ ਔਰ ਇਹਨੂੰ ਤੁਸੀਂ ਪੂਰਾ ਫਿਲ ਕਰੋਗੇ ਜੋ ਕਿ ਕੈਪੀਟਲ ਵਰਡਸ ਦੇ ਵਿੱਚ ਫਿਲ ਕਰਨਾ ਹੈ ਜੀ ਤੁਸੀਂ ਔਰ ਉਸ ਤੋਂ ਬਾਅਦ ਕੈਪੀਟਲ ਫਿਲ ਫਿਲ ਕਰਦੇ ਹੋਏ ਆਪਣਾ ਨਾਮ ਲਿਖਣਾ ਜਿਸ ਸਾਮੀ ਲਈ ਤੁਸੀਂ ਅਪਲਾਈ ਕਰ ਰਹੇ ਹੋ ਮਤਲਬ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਹਦਾ ਨਾਮ ਆਪਣਾ ਨਾਮ ਕੈਪੀਟਲ ਵਰਡਸ ਪਿਤਾ ਦਾ ਨਾਮ ਜਨਮ ਤਾਰੀਖ ਪਤਰ ਵਿਹਾਰ ਲਈ ਪਤਾ ਪੱਕਾ ਪਤਾ ਵਿਗਿਆ ਅਤੇ ਤੁਹਾਡੀ ਜਿਹੜੀ ਵੀ ਕੁਆਲਿਫੀਕੇਸ਼ਨ ਹੈ ਸਾਰੀ ਤਜਰਬਾ ਅਗਰ ਹੈਗਾ ਉਹ ਲਿਖਨੇ ਤੁਸੀਂ ਲਾਸਟ ਵਿੱਚ ਤੁਸੀਂ ਆਪਣੇ ਕਰਨੇ ਨੇ ਸਾਈਨ ਤੇ ਡੈਕਲੇਰੇਸ਼ਨ ਦੇਣੀ ਹੈ ਜੀ ਤੁਸੀਂ 셀ਫ ਡੈਕਲੇਰੇਸ਼ਨ ਇੱਕ ਇੱਥੇ ਜਿਹੜੀ ਦੋਗੇ ਮਿਤੀ ਜਿੱਦਨ ਤੁਸੀਂ ਫਾਰਮ ਭਰ ਰਹੇ ਹੋ ਉਹ ਸਥਾਨ ਤੁਹਾਡਾ ਘਰ ਦਾ ਐਡਰੈਸ ਮੈਨੂੰ ਜਿੱਥੋਂ ਦਾ ਵੀ ਹੈਗਾ ਚਾਹੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਫਰੀਦਕੋਟ ਬਠਿੰਡਾ ਮੁਗਾਮੋਰ ਕੋਈ ਵੀ ਹੈ ਤੁਸੀਂ ਉਹ ਲਿਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਨਾਲ ਤੁਸੀਂ ਸਾਰੇ ਡਾਕੂਮੈਂਟ ਕਰਨੇ ਨੇ ਅਟੈਚ ਤੇ ਅਟੈਚ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਕਰ ਦੇਣੇ ਨੇ ਸ਼ੇਅਰ ਸੋ ਉਸ ਤੋਂ ਬਾਅਦ ਇਹ ਤੁਹਾਡੀ ਜਿਹੜੀ ਨੈਕਸਟ ਪ੍ਰੋਸੈਸ ਹੈ ਉਹ ਅੱਗੇ ਸ਼ੁਰੂ ਹੋਵੇਗਾ ਹੁਣ ਅਸੀਂ ਗੱਲ ਕਰ ਲੈਣੀ ਕਿਹੜੀ ਪੋਸਟ ਵਿੱਚ ਆਊਟ ਕੀਤੀ ਗਈ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਜੀ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਔਰ ਇਹ ਨੋਟੀਫਿਕੇਸ਼ਨ ਲਈ ਲਾਸਟ ਡੇਟ ਅਪਲਾਈ ਕਰਨ ਦੀ 31/8/2022 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਸੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਹ ਚ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ ਵਾਚਮੈਨ ਦੀ ਵੈਕੈਂਸੀ ਹੈ ਪੰਜਾਬ ਸਿਹਤ ਮੰਡਲ ਸਟੈਂਡਰਡ ਵੱਲੋਂ ਮੀਡਲ ਸਟੈਂਡਰਡ ਜਨਰਲ ਹੋ ਗਈ ਹੈ ਪੰਜਾਬੀ ਸਿਹਤ ਦੇ ਵਿੱਚ ਤੇ ਉਹ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਇੱਕ ਪੋਸਟ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ ਸੈਲਰੀ ਤੁਹਾਡੀ ਐਸ ਪਰ ਡੀਸੀ ਰੇਟ ਜਿਹੜੀ ਹੈ ਜੀ ਰਹਿਣ ਵਾਲੀ ਹੈ ਨੋਟੀਫਿਕੇਸ਼ਨ ਪਲੱਸ ਅਪਲੀਕੇਸ਼ਨ ਫਾਰਮ ਦੋਨੋਂ ਹੀ ਅਵੇਲੇਬਲ ਨੇ ਇਹਨਾਂ ਦੀ ਵੈਬਸਾਈਟ ਤੇ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ। ਤਾਂ ਜਦੋਂ ਤੁਸੀਂ ਜਿਸ ਐਨਵੈਲਪ ਵਿੱਚ ਭੇਜੋਗੇ ਉਸ ਐਨਵੈਲਪ ਦੇ ਬਾਹਰ ਤੁਸੀਂ ਆਪਣਾ ਨਾਮ ਡਿਟੇਲ ਤੇ ਲਿਖੋਗੇ ਲਿਖੋਗੇ ਪਲੱਸ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਪੋਸਟ ਦਾ ਨਾਮ ਜ਼ਰੂਰ ਲਿਖਣਾ ਹੋਏਗਾ ਤਾਂ ਕਿ ਉਹ ਗਰ ਉਹ ਉੱਥੇ ਪਹੁੰਚਦਾ ਹੈ ਤਾਂ ਉਹਨੂੰ ਸੈਗਰੀਗੇਟ ਕੀਤਾ ਜਾ ਸਕੇ। ਸੋ ਇਸ ਦੇ ਵਿੱਚ ਰਜਿਸਟਰਡ ਡਾਕ ਰਾਹੀਂ ਤੁਸੀਂ ਜਿਹੜੀ ਇਹ ਐਪਲੀਕੇਸ਼ਨਸ ਨੇ ਉਹ ਭੇਜਣੀਆਂ ਹੋਣਗੀਆਂ। ਸੋ ਉਹਨਾਂ ਦੀ ਡਿਟੇਲ ਦਿੱਤੀ ਹੋਈ ਕਿੱਥੇ ਭੇਜਣ ਹੈ ਜੀ ਇਹ ਤੁਸੀਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਟਿਆਲਾ ਕਮਰਾ ਨੰਬਰ 101 135 ਬਲਾਕ A ਜ਼ਿਲ੍ਹਾ ਪ੍ਰਬੰਧਕੀ ਕ ਹੋਏਗੀ ਸੋ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ ਫਿਰ ਵੀ ਕੋਈ ਡਾਊਟ ਹੋਏਗਾ ਖਰੀਦਨ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛੀ ਸਕਦੇ ਹੋ ਇਹ ਸੀਗਾ ਜੀ ਆਇਆ ਜੀ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ